ਰਾਜਿਆਵਰਧਨ ਰਾਠੌਰ ਜੀ ਵੱਲੋਂ ਇੱਕ ਫਿਟਨੈਸ ਕੈਂਪਿੰਗ ਸ਼ੁਰੂ ਕੀਤੀ ਗਈ ਸੀ, ਜਿਸ ਦੇ ਅਨੁਸਾਰ ਉਹਨਾਂ ਨੇ ਇੰਡੀਆ ਦੇ ਲੋਕਾਂ ਨੂੰ ਆਪਣੇ ਫਿਟਨੈਸ ਮੰਤਰਾਂ ਦੀਆਂ ਵੀਡੀਓਜ਼ ਸ਼ੇਅਰ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਚੈਲੰਜ ਕੀਤਾ ਸੀ ਸਾਡੀਆਂ ਕਈ ਇੰਡੀਅਨ ਸੈਲੀਬ੍ਰਿਟੀਜ਼ ਨੂੰ ਵੀ, ਜਿਸ ਦੇ ਵਿੱਚ ਸ਼ਾਮਿਲ ਸਨ ਵਿਰਾਟ ਕੋਹਲੀ ਜੀ, ਅਨੁਸ਼ਕਾ ਸ਼ਰਮਾ, ਮਹਿੰਦਰ ਸਿੰਘ ਧੋਨੀ ਤੇ ਸਾਡੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ। ਇਸ ਦੇ ਨਾਲ ਹੀ ਇਸ ਦਾ ਅਸਰ ਸਾਡੀ ਬਾਲੀਵੁੱਡ ਇੰਡਸਟਰੀ ਤੇ ਵੀ ਦੇਖਣ ਨੂੰ ਮਿਲਿਆ, ਜਿਸ ਦੇ ਵਿੱਚ ਰਣਜੀਤ ਬਾਵਾ ਜੀ ਤੇ ਮੈਂਡੀ ਤੱਖਰ ਵੱਲੋਂ ਵੀ ਆਪਣੀ ਇੱਕ ਫਿਟਨੈਸ ਵੀਡੀਓ ਸ਼ੇਅਰ ਕੀਤੀ ਗਈ ਸੀ। ਇਸੇ ਲਹਿਰ ਦੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਸਟੇਟ ਲੈਵਲ 'ਤੇ ਇੱਕ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮੁੱਖ ਏਮ ਪੰਜਾਬ ਨੂੰ ਇੰਡੀਆ ਦੀ ਹੈਲਦੀ ਸਟੇਟ ਬਣਾਉਣਾ ਹੈ। ਅਮਰਿੰਦਰ ਸਿੰਘ ਦੁਆਰਾ ਇਸ ਮਿਸ਼ਨ ਦੇ ਮੁੱਖ ਉਦੇਸ਼ ਬਾਰੇ ਦੱਸਿਆ ਗਿਆ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਹੈ ਪੰਜਾਬ ਦੇ ਹਵਾ, ਪਾਣੀ ਅਤੇ ਭੋਜਨ ਦੀ ਕੁਆਲਿਟੀ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਪੰਜਾਬ ਦੇ ਲੋਕਾਂ ਲਈ ਇੱਕ ਚੰਗਾ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਇਸ ਮਿਸ਼ਨ ਦਾ ਟਾਈਟਲ ਅਤੇ ਕੰਟੈਂਟ ਇੱਕ ਫਾਰਮਿੰਗ ਕਮਿਊਨਿਟੀ ਦੁਆਰਾ ਸੁਝਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਮਿਸ਼ਨ ਦੇ ਚੇਅਰਮੈਨ ਹੋਣਗੇ ਸੀਐਮ ਖੁਦ ਤੇ ਵਾਈਸ ਚੇਅਰਮੈਨ ਹੋਣਗੇ ਇਨਵਾਇਰਮੈਂਟ ਮਿਨਿਸਟਰ। ਸੋ ਕੁੱਲ ਮਿਲਾ ਕੇ ਇਸ ਮਿਸ਼ਨ ਦਾ ਮੁੱਖ ਮੰਤਵ ਇੱਕ ਹੈਲਦੀ ਪੰਜਾਬ ਦਾ ਨਿਰਮਾਣ ਕਰਨਾ ਹੈ। ਸੋ ਇਸੇ ਤਰ੍ਹਾਂ ਦੀਆਂ ਫਰੈਸ਼ ਅਪਡੇਟਸ ਜਾਣਨ ਦੇ ਲਈ ਤੁਸੀਂ ਸਾਡਾ ਯੂਟਿਊਬ ਚੈਨਲ gabru.com ਜ਼ਰੂਰ ਸਬਸਕ੍ਰਾਈਬ ਕਰਨਾ ਤੇ ਹੇਠਾਂ ਦਿੱਤੇ ਹੋਏ ਬੈਲ ਆਈਕਾਨ ਨੂੰ ਜ਼ਰੂਰ ਦਬਾਉਣਾ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਜ।